ਪਿੰਡਾਂ ਸ਼ਹਿਰਾਂ ਹਰ ਪਾਸੇ ਆਵਾਰਾ ਕੁੱਤਿਆਂ ਦੀ ਦਹਿਸ਼ਤ ਬਰਕਰਾਰ ਹੈ। ਕੁੱਤੇ ਆਪਣੀ ਦਹਿਸ਼ਤ ਦੇ ਸਦਕਾ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਲਹੂ ਲੁਹਾਣ ਕਰ ਰਹੇ ਨੇ। ਅਜਿਹਾ ਇੱਕ ਹੋਰ ਮਾਮਲਾ ਜਲੰਧਰ ਦੇ ਜੰਡੂ ਸਿੰਘਾ ਰੋਡ ਤੇ ਪੈਂਦੇ ਪਿੰਡ ਕੰਗਣੀਵਾਲ 'ਚ ਦੇਖਣ ਨੂੰ ਮਿਲਿਆ, ਜਿੱਥੇ ਆਵਾਰਾ ਕੁੱਤਿਆਂ ਦੀ ਟੋਲੀ ਨੇ ਦੁੱਧ ਲੈਣ ਜਾ ਰਹੀ ਇੱਕ ਔਰਤ ਤੇ ਉਸਦੀ ਮਾਸੂਮ ਬੱਚੀ ਨੂੰ ਆਪਣਾ ਸ਼ਿਕਾਰ ਬਣਾ ਲਿਆ। ਕੁੱਤੇ ਬੱਚੀ ਨੂੰ ਘਸੀਟ ਕੇ ਖੇਤਾਂ 'ਚ ਲੈ ਜਾ ਰਹੇ ਸਨ। ਮਾਂ ਬੱਚੀ ਨੂੰ ਬਚਾਉਣ ਆਈ ਤਾਂ ਕੁੱਤਿਆਂ ਨੇ ਉਸਦੇ ਚਿਹਰੇ, ਬਾਹਾਂ ਅਤੇ ਸਰੀਰ ਦੇ ਕਈ ਹਿੱਸਿਆਂ ਦਾ ਮਾਸ ਬੁਰੀ ਤਰ੍ਹਾਂ ਨੋਚ ਲਿਆ। ਪਿੰਡ ਦੇ ਲੋਕਾਂ ਨੇ ਇੱਟਾਂ ਮਾਰ ਕੇ ਕੁੱਤਿਆਂ ਨੂੰ ਭਜਾਇਆ ਤੇ ਜ਼ਖਮੀ ਮਾਂ ਧੀ ਨੂੰ ਸਿਵਲ ਹਸਪਤਾਲ ਪਹੁੰਚਾਇਆ। ਕੀ ਨਾਮ ਜੀ? ਮੇਰਾ ਭਾਜੀ ਨਰੇਸ਼ ਕੁਮਾਰ। ਕਿੱਥੇ ਰਹਿੰਦੇ? ਪਿੰਡ ਕੰਗਣੀਵਾਲ। ਕੀ ਗੱਲ ਹੋਈ ਸਾਰੀ, ਅੱਜ ਦੱਸ ਦਿਓ। ਇੱਦਾਂ ਆ ਭਾਜੀ, ਮੇਰੇ ਭਰਾ ਦੇ ਘਰੋਂ ਆ, ਮਦਨ ਲਾਲ ਦਾ ਨਾਂ ਆ ਅਤੇ ਘਰ ਵਾਲੀ ਦਾ ਨਾਂ ਹੈਗਾ ਆਪਣੇ ਕਮਲੇਸ਼ ਰਾਣੀ। ਆਪਣੀ ਬੇਟੀ ਨੂੰ ਨਾਲ ਲੈ ਕੇ ਚੱਲੀ ਸੀਗੀ ਦੁੱਧ ਲੈਣ। ਬੇਟੀ ਨਾਲ ਪਤਾ ਨਹੀਂ ਇਸ ਟਾਈਮ ਇੱਥੇ ਹੋਸਪਿਟਲ ਦੇ ਵਿੱਚ ਹੀ ਉਹ ਵੀ, ਅਤੇ ਕੁਛ ਜਿੱਦਾਂ ਆਵਾਰਾ ਕੁੱਤੇ ਆ ਸਾਡੇ ਪਿੰਡ ਦੇ ਵਿੱਚ, 6-7 ਜਣਿਆਂ ਦਾ ਇਕੱਠਿਆਂ ਦਾ ਝੁੰਡ ਆ ਉਹਨਾਂ ਦਾ। ਅਤੇ ਸਾਡੇ ਪਿੰਡ ਦੇ ਨਾਲ ਹੀ ਜਿੱਦਾਂ ਜੰਡੂ ਸਿੰਘ ਆ, ਉਹਦੇ ਹੱਥ ਦੇ ਵਿੱਚ ਨਾ ਇੱਕ ਪਸ਼ੂਆਂ ਦੀ ਹੱਡਾ ਰੇੜੀ ਪੈਂਦੀ ਆ, ਉਹ ਭਾਜੀ ਉਹਨਾਂ ਨੇ ਬੰਦ ਕਰ ਦਿੱਤੀ ਆ। ਅਤੇ ਜਿਹੜੇ ਉੱਥੇ ਕੁੱਤੇ ਮਾਸ ਮੂਸ ਖਾਂਦੇ ਸੀਗੇ, ਹੁਣ ਮਾਸ ਉਹਨਾਂ ਨੂੰ ਮਿਲਦਾ ਨੀਗਾ, ਤਾਂ ਜੇ ਕੋਈ ਬੰਦਾ ਆਉਂਦਾ ਆ ਉਹਨੂੰ ਵੱਢ ਲੈਂਦੇ ਆ, ਕੋਈ ਬੱਚਾ ਆਉਂਦਾ ਉਹਨੂੰ ਵੱਢ ਲੈਂਦੇ ਆ ਉਹ। ਅਤੇ ਇਹ ਸਾਡੇ 1-2 ਹਫ਼ਤਿਆਂ ਦੇ ਵਿੱਚ ਵਿੱਚ ਘੱਟ ਤੋਂ ਘੱਟ 6-7 ਵਾਰਦਾਤਾਂ ਹੋ ਚੁੱਕੀਆਂ। ਸਾਡੇ ਪਿੰਡ ਦੀ ਪੰਚਾਇਤ ਨੂੰ ਵੀ ਪਤਾ ਆ, ਸਾਰੇ ਮੀਡੀਆ ਵਿੱਚ ਵੀ ਉਹਨਾਂ ਦੇ ਸਾਰੀ ਖਬਰਾਂ ਆ ਰਹੀਆਂ, ਪਰ ਇਹਦਾ ਕੋਈ ਭਾਜੀ ਹੱਲ ਨਹੀਂ ਹੋ ਰਿਹਾ। ਅੱਜ ਦੇਖੋ ਇਹਨਾਂ ਨੂੰ ਹੁਣ ਇਕੱਲਿਆਂ ਨੂੰ ਉੱਥੇ ਮਾਂ ਬੇਟੀ ਨੂੰ ਇਹਨਾਂ ਨੂੰ ਘੇਰ ਲਿਆ, ਪਤਾ ਨਹੀਂ ਇਹਨਾਂ ਦੀ ਕਿੱਦਾਂ ਜਾਨ ਬਚੀ ਕਿੱਦਾਂ ਨਹੀਂ ਬਚੀ ਹੈਗੀ। ਅਤੇ ਬਾਕੀ ਆਸ ਪਾਸ ਜਿਹੜੇ ਲੋਕ ਸੀਗੇ ਉਹਨਾਂ ਨੇ ਇਹਨਾਂ ਨੂੰ ਬਚਾਇਆ ਵੀ ਆ, ਪਰ ਇਹਦੀ ਜਿਹੜੀ ਮਾਤਾ ਆ ਕਮਲੇਸ਼ ਰਾਣੀ ਪਵਨ ਦੀ, ਇਹਦੇ ਹਾਲਾਤ ਬਹੁਤ ਜ਼ਿਆਦਾ ਜਾਣੀ ਸੀਰੀਅਸ ਆ, ਬਹੁਤ ਜ਼ਿਆਦਾ ਉਹਨੂੰ ਕੁੱਤਿਆਂ ਨੇ ਕੱਟਿਆ ਹੋਇਆ ਆ। ਕਦੀ ਕਾਰਪੋਰੇਸ਼ਨ ਨਾਲ ਤੁਸੀਂ ਇਸ ਬਾਰੇ ਗੱਲ ਕੀਤੀ ਜਾਂ ਕੋਈ ਆਪ ਤੁਸੀਂ ਇੱਦਾਂ ਦੀ ਕੋਈ ਗੱਲ ਕੀਤੀ? ਨਹੀਂ ਸਰ, ਆਪਾਂ ਤਾਂ ਪਿੰਡ ਦੀ ਪੰਚਾਇਤ ਆ, ਜਿੱਦਾਂ ਪਿੰਡ ਦੇ ਵਿੱਚ ਰਹਿੰਦੇ ਆਪਾਂ ਤਾਂ ਉਹਨਾਂ ਨੂੰ ਦੱਸ ਸਕਦੇ ਹਾਂ ਜੀ। ਪਿੰਡ ਦੇ ਜਿੱਦਾਂ 5 ਸਰਪੰਚ ਆ, ਉਹ ਕਹਿੰਦੇ ਆ ਵੀ ਅਸੀਂ ਗੱਲ ਕੀਤੀ ਆ, ਪਰ ਹਜੇ ਤੱਕ ਕੋਈ ਵੀ ਇਹਦਾ ਹੀਲਾ ਨਹੀਂ ਹੋਇਆ ਹੈਗਾ। ਕਾਰਪੋਰੇਸ਼ਨ ਆਈ ਕਦੀ ਕੁੱਤੇ ਚੱਕਣ ਉੱਥੋਂ? ਨਹੀਂ ਜੀ, ਕਦੀ ਨਹੀਂ। ਬਹੁਤ ਸਾਲ ਪਹਿਲਾਂ ਜਿੱਦਾਂ 90-91 ਤੋਂ ਪਹਿਲਾਂ ਦੇ ਕਦੇ ਆਏ ਆ, ਹੁਣ ਕਦੀ ਨਹੀਂ ਕੋਈ ਆਇਆ, ਨਾ ਕੋਈ ਦਵਾਈ ਪਾਉਣ, ਨਾ ਕੋਈ ਕੁੱਤੇ ਚੱਕਣ ਆਇਆ। ਪੇਸ਼ੈਂਟ 2 ਆਏ ਆ ਕੰਗਣੀਵਾਲ ਪਿੰਡ ਤੋਂ, ਕਮਲੇਸ਼ ਕੌਰ ਵਾਈਫ ਆਫ ਮਦਨ ਲਾਲ, 35 ਸਾਲਾਂ ਫੀਮੇਲ। ਇਹਦੇ ਫੇਸ ਦੇ ਉੱਤੇ ਬਾਈਟ ਹੈਗੇ ਆ ਕੁੱਤੇ ਦੇ, ਦੋਨਾਂ ਬਾਹਾਂ 'ਤੇ ਹੈਗੇ ਆ ਅਤੇ ਬੈਕ ਦੇ ਉੱਤੇ ਹੈਗੇ ਆ। ਇਹ ਕੈਟੇਗਰੀ 3 ਬਾਈਟਸ ਹੈਗੇ ਆ। ਇਹਨੂੰ ਹਸਪਤਾਲ ਵਿੱਚ ਦਾਖਲ ਕਰਕੇ ਐਂਟੀ ਰੇਬੀਜ਼ ਵੈਕਸੀਨ ਦਿੱਤੇ ਹਨ ਅਤੇ ਇਮਿਊਨੋਗਲੋਬਿਨ ਵੀ ਦੇਣ ਦੀਆਂ ਤਿਆਰੀਆਂ ਕਰ ਰਹੇ ਹਾਂ ਅਤੇ ਨਾਲ ਐਂਟੀਬਾਇਓਟਿਕ ਅਤੇ ਹੋਰ ਬੰਦਾ ਟ੍ਰੀਟਮੈਂਟ ਕਰ ਰਹੇ ਹਾਂ। ਕੰਡੀਸ਼ਨ ਕਿੱਦਾਂ ਦੀ ਪੇਸ਼ੈਂਟ? ਕੰਡੀਸ਼ਨ ਥੋੜ੍ਹੀ ਗ੍ਰੇਵ ਹੀ ਹੈ ਅਤੇ ਨਾਲ ਇਹਦੇ ਬੱਚੇ ਜਿਹੜਾ 1 ਸਾਲ ਦਾ ਹੈਗਾ ਉਹਦੇ ਵੀ ਥਾਈ ਦੇ ਉੱਤੇ ਬਾਈਟ ਕੀਤਾ ਹੈ ਡੋਗ ਨੇ, ਉਹਨੂੰ ਵੀ ਟੀਕੇ ਕੁੱਤੇ ਵਾਲੇ ਲਾਗਤ ਲਾਏ ਹੈ। ਰੋਜ਼ਾਨਾ ਸਾਹਮਣੇ ਆ ਰਹੇ ਅਜਿਹੇ ਮਾਮਲਿਆਂ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। ਜਲੰਧਰ ਤੋਂ ਪਰਮਜੀਤ ਦੀ ਰਿਪੋਰਟ।